ਇੱਕ ਪਤੀ ਦਾ ਸ਼ਰਮਨਾਕ ਕਾਰਾ ਸਾਹਮਣੇ ਆ ਰਿਹਾ ਹੈ ਜਿੱਥੇ ਉਸਨੇ ਆਪਣੇ ਹੀ 3 ਸਾਲ ਦੇ ਮਾਸੂਮ ਬੱਚੇ ਦਾ ਕੋਈ ਖਿਆਲ ਨਹੀਂ ਕੀਤਾ ਅਤੇ ਨਾ ਹੀ ਆਪਣੀ ਦੁਬਾਰਾ ਗਰਭਵਤੀ ਹੋਈ ਇਸ ਪਤਨੀ ਦਾ। ਢਿੱਡ ਦੇ ਵਿੱਚ ਉਸਦਾ ਬੱਚਾ ਲੈ ਕੇ ਦਵਾਈਆਂ ਖਾਂਦੀ ਸੜਕਾਂ 'ਤੇ ਘੁੰਮ ਰਹੀ ਸੀ ਉਸਦੀ ਪਤਨੀ ਜਦੋਂ ਉਸਨੂੰ ਪਤਾ ਲੱਗਿਆ ਕਿ ਉਸਦਾ ਪਤੀ ਕਿਸੇ ਹੋਰ ਦੇ ਨਾਲ ਹੈ। ਦਰਅਸਲ ਕੁਝ ਦਿਨ ਪਹਿਲਾਂ ਉਸਨੇ ਆਪਣੇ ਪਤੀ ਦੇ ਫੋਨ ਦੇ ਵਿੱਚ ਕਿਸੇ ਹੋਰ ਕੁੜੀ ਦੇ ਨਾਲ ਉਸਦੀਆਂ ਤਸਵੀਰਾਂ ਦੇਖੀਆਂ। ਜਦੋਂ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਪਤੀ ਹਰ ਇੱਕ ਗੱਲ ਤੋਂ ਸਾਫ਼ ਹੀ ਮੁੱਕਰ ਗਿਆ। ਪਤਨੀ ਨੂੰ ਆਪਣੇ ਪਤੀ 'ਤੇ ਸ਼ੱਕ ਤਾਂ ਪਹਿਲਾਂ ਹੀ ਸੀ, ਪਰ ਹੁਣ ਜਦੋਂ ਉਹ ਸੜਕ ਤੋਂ ਲੰਘੀ ਤਾਂ ਉਸਨੇ ਦੇਖਿਆ ਕਿ ਉਸਦੇ ਪਤੀ ਦਾ ਬਾਈਕ ਹੋਟਲ ਦੇ ਬਾਹਰ ਖੜਿਆ। ਇਸ ਤੋਂ ਬਾਅਦ ਉਸਨੂੰ ਬਹੁਤੀ ਦੇਰ ਨਹੀਂ ਲੱਗੀ ਇਹ ਸਮਝਣ ਦੇ ਵਿੱਚ ਕਿ ਆਖਿਰਕਾਰ ਉਹ ਇੱਥੇ ਕੀ ਕਰਨ ਅਤੇ ਕਿਉਂ ਆਇਆ। ਇਹ ਵੀ ਸਾਫ਼ ਹੋ ਗਿਆ ਕਿ ਉਹ ਕਿਸੇ ਹੋਰ ਜਨਾਨੀ ਦੇ ਨਾਲ ਆਇਆ ਜੋ ਕਿ ਖੁਦ ਵੀ ਵਿਆਹੀ ਹੋਈ ਦੱਸੀ ਜਾ ਰਹੀ ਹੈ। ਆਪਣੀ ਰੰਗਰਲੀਆਂ ਮਨਾਉਣ ਦੇ ਲਈ ਹੀ ਪਤੀ ਇਸ ਹੋਟਲ ਦੇ ਵਿੱਚ ਆਇਆ, ਪਰ ਪਤਨੀ ਨੂੰ ਐਨ ਮੌਕੇ 'ਤੇ ਪਤਾ ਲੱਗ ਗਿਆ ਅਤੇ ਉਸਨੇ ਰੰਗੇ ਹੱਥੀ ਆਪਣੇ ਪਤੀ ਨੂੰ ਫੜਿਆ। ਗੋਦ ਦੇ ਵਿੱਚ 3 ਸਾਲ ਦਾ ਮਾਸੂਮ ਬੱਚਾ ਚੁੱਕੀ ਗਰਭਵਤੀ ਔਰਤ ਪੁਲਿਸ ਦੇ ਸਾਹਮਣੇ ਸਾਰਾ ਦੁੱਖ ਸੁਣਾ ਰਹੀ ਸੀ ਕਿ ਕਿਸ ਤਰ੍ਹਾਂ ਦੇ ਨਾਲ ਉਸਦਾ ਹੀ ਪਤੀ ਐਡਾ ਵੱਡਾ ਧੋਖਾ ਉਸਦੇ ਨਾਲ ਕਰ ਰਿਹਾ। ਕਪੂਰਥਲਾ ਦੇ ਸਰਕੂਲਰ ਰੋਡ 'ਤੇ ਗੈਸਟ ਹਾਊਸ ਦੇ ਵਿੱਚ ਸੋਮਵਾਰ ਨੂੰ ਔਰਤ ਨੇ ਆਪਣੇ ਪਤੀ ਨੂੰ ਦੂਜੀ ਜਨਾਨੀ ਦੇ ਨਾਲ ਰੰਗਰਲੀਆਂ ਮਨਾਉਂਦੇ ਫੜਿਆ, ਜਿਸ ਤੋਂ ਬਾਅਦ ਔਰਤ ਨੇ ਗੈਸਟ ਹਾਊਸ ਦੇ ਵਿੱਚ ਹੰਗਾਮਾ ਕਰਕੇ ਪੁਲਿਸ ਬੁਲਾਈ ਅਤੇ ਸਹੀ ਕਾਰਵਾਈ ਦੀ ਮੰਗ ਕੀਤੀ। ਹਾਲਾਂਕਿ ਫੜੀ ਗਈ ਔਰਤ ਨੇ ਜਦੋਂ ਪੁਲਿਸ ਦੇ ਸਾਹਮਣੇ ਪੀੜਤ ਮਹਿਲਾ ਤੋਂ ਮਾਫ਼ੀ ਮੰਗੀ ਅਤੇ ਦੁਬਾਰਾ ਐਸਾ ਨਾ ਕਰਨ ਦਾ ਵਾਅਦਾ ਕੀਤਾ ਤਾਂ ਪੀੜਤ ਨੇ ਪੁਲਿਸ ਦੇ ਨਾਲ ਹੀ ਸਾਹਮਣੇ ਹੀ ਇਹ ਸਾਰਾ ਮਾਮਲਾ ਰਫਾ ਦਫਾ ਕਰਨ ਦੇ ਲਈ ਮੰਨ ਲਿਆ, ਪਰ ਉਸਨੇ ਔਰਤ ਤੋਂ ਲਿਖਿਤ ਦੇ ਵਿੱਚ ਵੀ ਮਾਫ਼ੀ ਮੰਗਵਾਈ। ਪੁਲਿਸ ਨੇ ਵੀ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ ਪੁਲਿਸ ਨੇ ਅਜਿਹਾ ਕੰਮ ਕਰਨ ਵਾਲੇ ਗੈਸਟ ਹਾਊਸ ਨੂੰ ਤਾਲਾ ਲਗਾ ਦਿੱਤਾ ਅਤੇ ਪਤੀ ਨੂੰ ਵੀ ਸ਼ਰਮਿੰਦਾ ਕੀਤਾ ਗਿਆ ਕਿ ਆਖਿਰਕਾਰ ਉਹ ਕਿਸੇ ਦੀ ਜ਼ਿੰਦਗੀ ਕਿਵੇਂ ਬਰਬਾਦ ਕਰ ਸਕਦਾ। ਉਹ ਵੀ ਉਸ ਸਮੇਂ ਜਦੋਂ ਉਸਦੀ ਪਤਨੀ ਗਰਭਵਤੀ ਹੈ ਅਤੇ ਉਸਦੀ ਗੋਦ ਦੇ ਵਿੱਚ ਵੀ 3 ਸਾਲ ਦਾ ਬੱਚਾ ਹੈ। ਦੋਹਾਂ ਬੱਚਿਆਂ ਦੀ ਪਰਵਾਹ ਕੀਤੇ ਬਿਨਾਂ ਇਹ ਪਤੀ ਅਯਾਸ਼ੀ ਕਰ ਰਿਹਾ ਸੀ। ਦੱਸ ਦਈਏ ਕਿ ਪੁਲਿਸ ਅਤੇ ਪੀੜਤ ਔਰਤ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜਲੰਧਰ ਦੀ ਰਹਿਣ ਵਾਲੀ ਔਰਤ ਪਤੀ ਘਰ ਤੋਂ ਕੰਮ ਦੇ ਲਈ ਕਹਿ ਕੇ ਨਿਕਲਿਆ ਸੀ। ਪੀੜਤਾਂ ਨੇ ਦੱਸਿਆ ਕਿ ਦੁਪਹਿਰ ਦੇ ਸਮੇਂ ਹੀ ਉਸਨੂੰ ਪਤੀ ਦੀ ਹੀ ਭੈਣ ਦਾ ਫੋਨ ਆਉਂਦਾ ਹੈ ਅਤੇ ਉਹ ਦੱਸਦੀ ਹੈ ਕਿ ਉਸਦੇ ਭਰਾ ਦਾ ਮੋਟਰਸਾਈਕਲ ਕਪੂਰਥਲਾ ਦੇ ਗੈਸਟ ਹਾਊਸ ਦੇ ਬਾਹਰ ਖੜਿਆ ਦੇਖਿਆ ਗਿਆ। ਇਸ ਤੋਂ ਬਾਅਦ ਔਰਤ ਨੂੰ ਸ਼ੱਕ ਹੋਇਆ ਅਤੇ ਉਹ ਉੱਥੇ ਪਹੁੰਚ ਗਈ। ਪਤੀ ਦੇ ਉੱਪਰ ਉਸਨੂੰ ਪਹਿਲਾਂ ਹੀ ਸ਼ੱਕ ਸੀ ਕਿਉਂ ਜੋ ਉਸਨੇ ਫੋਨ ਦੇ ਵਿੱਚ ਫੋਟੋਆਂ ਵੀ ਦੇਖ ਲਈਆਂ ਸਨ। ਜਦੋਂ ਉਸ ਤੋਂ ਪੁੱਛਿਆ ਸੀ ਉਹ ਮੁਕਰ ਗਿਆ ਸੀ, ਪਰ ਹੁਣ ਉਹ ਆਪਣੇ ਬੱਚੇ ਨੂੰ ਲੈ ਕੇ ਜਦੋਂ ਇੱਥੇ ਆ ਕੇ ਦੇਖਦੀ ਹੈ ਤਾਂ ਉਸਦਾ ਸਾਰਾ ਸ਼ੱਕ ਯਕੀਨ ਦੇ ਵਿੱਚ ਬਦਲ ਗਿਆ। ਦੁੱਖ ਅਤੇ ਦਰਦ ਦੇ ਵਿੱਚ ਡੁੱਬੀ ਇਹ ਔਰਤ ਇਨਸਾਫ਼ ਵੀ ਚਾਹ ਰਹੀ ਸੀ ਅਤੇ ਆਪਣੀ ਕਿਸਮਤ ਨੂੰ ਵੀ ਰੋ ਰਹੀ ਸੀ ਕਿ ਆਖਿਰਕਾਰ ਕਿਹੋ ਜਿਹਾ ਅਯਾਸ਼ ਪਤੀ ਉਸਨੂੰ ਮਿਲਿਆ। ਪੀੜਤਾ ਜਦੋਂ ਇਕੱਲੀ ਹੀ ਕਪੂਰਥਲਾ ਦੇ ਸਰਕੂਲਰ ਰੋਡ 'ਤੇ ਸਥਿਤ ਗੈਸਟ ਹਾਊਸ ਦੇ ਵਿੱਚ ਪਹੁੰਚੀ ਤਾਂ ਉੱਥੇ ਸੰਚਾਲਕ ਨੇ ਉਸਦੇ ਬਾਈਕ ਅਤੇ ਉਸਦੇ ਪਤੀ ਦੀ ਕੋਈ ਜਾਣਕਾਰੀ ਨਹੀਂ ਦਿੱਤੀ। ਔਰਤ ਨੇ ਪੁਲਿਸ ਨੂੰ ਬੁਲਾਇਆ ਅਤੇ ਉਸ ਤੋਂ ਬਾਅਦ ਜਦੋਂ ਉੱਪਰ ਕਮਰੇ ਦੇ ਵਿੱਚ ਆ ਕੇ ਦੇਖਿਆ ਤਾਂ ਉਸਦਾ ਪਤੀ ਦੂਜੀ ਜਨਾਨੀ ਦੇ ਨਾਲ ਸੀ। ਇਸੇ ਦੌਰਾਨ ਹੀ ਇਸ ਔਰਤ ਨੇ ਕਿਹਾ ਕਿ ਇਹ ਔਰਤ ਅਤੇ ਪਤੀ ਦੋਵੇਂ ਜਾਣਿਆਂ 'ਤੇ ਕਾਰਵਾਈ ਦੀ ਮੰਗ ਕਰਦੀ ਹੈ, ਪਰ ਇਸ ਤੋਂ ਬਾਅਦ ਔਰਤ ਨੇ ਰੋਣਾ ਅਤੇ ਗਿੜਗਿੜਾਉਣਾ ਸ਼ੁਰੂ ਕਰ ਦਿੱਤਾ। ਮਾਫ਼ੀ ਮੰਗੀ
ਅਤੇ ਪਤੀ ਵੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਹੀ ਸੀ ਕਿ ਉਹ ਹੁਣ ਦੁਬਾਰਾ ਅਜਿਹਾ ਕੁਝ ਵੀ ਨਹੀਂ ਕਰੇਗਾ। ਇਹ ਸੁਣਨ ਤੋਂ ਬਾਅਦ ਪੀੜਤਾ ਦਾ ਦਿਲ ਪਿਘਲ ਗਿਆ ਅਤੇ ਉਸਨੇ ਔਰਤ ਨੂੰ ਮਾਫ਼ ਕਰ ਦਿੱਤਾ। ਪੁਲਿਸ ਦੀ ਮੌਜੂਦਗੀ ਦੇ ਵਿੱਚ ਹੀ ਪੀੜਤਾ ਨੇ ਉਸ ਔਰਤ ਅਤੇ ਪਤੀ ਤੋਂ ਲਿਖਤੀ ਮਾਫ਼ੀਨਾਮਾ ਲਿਆ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਉੱਥੇ ਹੀ ਖਤਮ ਕਰ ਦਿੱਤਾ। ਫਿਲਹਾਲ ਪੁਲਿਸ ਦੇ ਵੱਲੋਂ ਦੋਹਾਂ ਨੂੰ ਚੇਤਾਵਨੀ ਦੇ ਕੇ ਛੱਡਿਆ ਗਿਆ। ਇਸ ਤੋਂ ਬਾਅਦ ਤਿੰਨੋਂ ਹੀ ਪਤੀ ਪਤਨੀ ਅਤੇ ਉਹ ਔਰਤ ਇੱਕ ਹੀ ਬਾਈਕ 'ਤੇ ਬੈਠ ਕੇ ਉੱਥੋਂ ਚਲੇ ਗਏ। DSP ਸਬ ਡਿਵੀਜ਼ਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ। ਦੋਨਾਂ ਪੱਖਾਂ ਦੇ ਵਿੱਚ ਰਾਜ਼ੀਨਾਮਾ ਹੋਣ ਤੋਂ ਬਾਅਦ ਉਹਨਾਂ ਨੂੰ ਛੱਡ ਦਿੱਤਾ ਗਿਆ। ਨਹੀਂ ਦੱਸੋ ਮਿਲ ਲਿਖਾ ਕਿੰਨੇ ਬੱਚੇ ਕੀ ਕਰਦੇ ਆ।